ਵਾਹਿਗੁਰਜੀ ਕਾ ਕਾਲ ਸਾਹਿਗੁਰਜੀ ਕੀ ਫਤਿਹ ਪੰਜਾਬੀ ਰੀਡਰ 3A 2020 ਐਡੀਸ਼ਨ ਲੈਸਨ 11 ਵਿੱਚ ਤੁਹਾਨੂੰ ਜੀ ਆਇਆਂ ਨੂੰ ਅੱਜ ਦੇ ਪਾਠ ਵਿੱਚ ਅਸੀਂ ਕਰਦੀਆਂ ਚੀਜ਼ਾਂ ਬਾਰੇ ਦੇ ਨਾ ਸਿੱਖਾਂਗੇ ਉਹਨਾਂ ਦੇ ਬਾਰੇ ਵਿੱਚ ਪੜ੍ਹਾਂਗੇ ਉਹਨਾਂ ਦੀ ਵਰਤੋਂ ਬਾਰੇ ਸਿੱਖਾਂਗੇ ਠੀਕ ਹੈ ਇਹ ਸਾਰੀਆਂ ਚੀਜ਼ਾਂ ਤੁਸੀਂ ਕਰਦੇ ਵਿੱਚ ਵੇਖੀਆਂ ਹੋਈਆਂ ਠੀਕ ਹੈ ਤੁਹਾਨੂੰ ਸ਼ਾਇਦ ਨਾ ਪੰਜਾਬੀ ਦੇ ਨਾਂ ਨਹੀਂ ਆਉਂਦੇ ਹੋਣੇ ਪਰ ਤੁਸੀਂ ਜਾਣਦੇ ਹੋ ਇਹਨਾਂ ਚੀਜ਼ਾਂ ਨੂੰ ਠੀਕ ਹੈ ਕੀਆ ਸੋਫਾ ਤੁਸੀਂ ਲਾਉ ਸਿਟ ਵੀ ਕਹਿੰਦੇ ਆ ਸੋਫਾ ਵੀ ਕਹਿੰਦੇ ਆ ਠੀਕ ਹੈ ਆਰਾਮ ਕੁਰਸੀ ਕੁਰਸੀ ਐਨੀ ਚੇਅਰ ਐਨੀ ਕਾਈਂਡਰ ਕੁਰਸੀ ਥਿਸ ਇਜ਼ ਮੂੜਾ ਮੂੜਾ ਸ਼ਾਇਦ ਤੁਸੀਂ ਇੱਥੇ ਨਾ ਦੇਖਿਆ ਹੋਵੇ ਜਦੋਂ ਤੁਸੀਂ ਪੰਜਾਬ ਗਏ ਹੋਗੇ ਤਾਂ ਤੁਸੀਂ ਉਦੋਂ ਦੇਖਿਆ ਹੋਵੇਗਾ ਸ਼ਾਇਦ ਜਦੋਂ ਮੈਂ ਛੋਟੀ ਹੁੰਦੀ ਸੀ ਤਾਂ ਸਾਡੇ ਘਰ ਦੇ ਵਿੱਚ ਬਹੁਤ ਮੂੜੇ ਹੁੰਦੇ ਸੀ ਕੁਰਸੀਆਂ ਬਹੁਤ ਘੱਟ ਹੁੰਦੀਆਂ ਸੀ ਸੋਫਾ ਨਹੀਂ ਹੁੰਦਾ ਸੀ ਪਲੰਗ ਤਲੰ ਨੂੰ ਬਿਸਤਰਾ ਬੈੱਡ ਵੀ ਕਹਿੰਨਿਆ ਠੀਕ ਹੈ ਡਸਟਰ ਝਾੜੂ ਪੋਚਾ ਮਾਪ ਵੈਕਿਊਮ ਵੈਕਿਊਮ ਨੂੰ ਵੈਕਿਊਮ ਹੀ ਕਹਿੰਦੇ ਆ ਕਿਉਂਕਿ ਪੰਜਾਬ ਦੇ ਵਿੱਚ ਵੈਕਿਊਮ ਹੁੰਦਾ ਹੀ ਨਹੀਂ ਸੀ ਪਹਿਲੇ ਹੁਣ ਵੀ ਸ਼ਾਇਦ ਥੋੜੀ ਥੋੜੀ ਥਾਵਾਂ ਤੇ ਹੈ ਚਾਕੂ ਜਾਂ ਕਰਦ ਤੇ ਕੈਂਚੀ ਇਹਨੂੰ ਲੈਂਪ ਕਹਿੰਦੇ ਆ ਲੈਂਪ ਇਸ ਲੈਂਪ ਮੋਮਬੱਤੀਆਂ ਬੈਟਰੀ ਜਾਂ ਫਲੈਸ਼ਲਾਈਟ ਲਾਈਟਾਂ ਸਟ੍ਰਿੰਗਸ ਆਫ ਲਾਈਟਸ ਰਾਈਟ ਦੀਵਾ ਤੇ ਫਨੂਸ ਜਾਂ ਸ਼ੈਂਡਲियर ਠੀਕ ਹੈ ਸ਼ੈਂਡਲियर ਤੁਸੀਂ ਜਾਣਦੇ ਹੋ ਤੇ ਇਹਨੂੰ ਉਰਦੂ ਵਿੱਚ ਫਨੂਸ ਕਹਿੰਦੇ ਆ ਪੰਜਾਬੀ ਵਿੱਚ ਇਹਦਾ ਕੋਈ ਆਮ ਸ਼ਬਦ ਹੈ ਨਹੀਂ ਹੈ ਹੁਣ ਅਸੀਂ ਛੋਟਾ ਜਿਹਾ ਐਸੇ ਪੜਾਂਗੇ ਠੀਕ ਹੈ ਤੇ ਤੁਸੀਂ ਇੰਨਾਂ ਚੀਜ਼ਾਂ ਦੇ ਵਰਤੋਂ ਸਿੱਖੋਗੇ ਕਿ ਅਸੀਂ ਕਦੋਂ ਵਰਤਦੇ ਆ ਸਾਡੇ ਘਰਾਂ ਵਿੱਚ ਬਹੁਤ ਚੀਜ਼ਾਂ ਹੁੰਦੀਆਂ ਹਨ ਹਰ ਚੀਜ਼ ਨਾਲ ਸਾਡਾ ਕੋਈ ਕੰਮ ਠੀਕ ਹੋ ਜਾਂਦਾ ਹੈ ਜਦ ਅਸੀਂ ਥੱਕੇ ਹੁੰਦੇ ਹਾਂ ਤਾਂ ਅਸੀਂ ਸੋਫੇ ਤੇ ਆਰਾਮ ਕੁਰਸੀ ਤੇ ਮੂੜੇ ਤੇ ਜਾਂ ਕੁਰਸੀ ਤੇ ਬੈਠ ਕੇ ਆਰਾਮ ਕਰਦੇ ਹਾਂ ਰਾਤ ਨੂੰ ਪਲੰਗ ਤੇ ਸੌਂਦੇ ਹਾਂ ਕੁਝ ਕੱਟਣ ਲਈ ਕੈਂਚੀ ਅਤੇ ਚਾਕੂ ਵਰਤਦੇ ਹਾਂ ਘਰ ਸਾਫ਼ ਰੱਖਣ ਲਈ ਅਸੀਂ ਡਸਟਰ ਝਾੜੂ ਪੋਚਾ ਅਤੇ ਵੈਕਿਊਮ ਵਰਤਦੇ ਹਾਂ ਘਰ ਵਿੱਚ ਰੋਸ਼ਨੀ ਕਰਨ ਲਈ ਅਸੀਂ ਲੈਂਪ ਵਰਤਦੇ ਹਾਂ ਘਰ ਨੂੰ ਸੋਹਣਾ ਬਣਾਉਣ ਲਈ ਮੋਮਬਤੀਆਂ ਲਾਈਟਾਂ ਦੀਵੇ ਅਤੇ ਫਨੂਸ ਵਰਤਦੇ ਹਾਂ ਠੀਕ ਹੈ ਥੈਟਸ ਇਟ ਸੋ ਇਨ ਨਈਸ਼ਾਬਦ ਪੜ੍ਹਨੇ ਸੀ ਅਸੀਂ ਤੇ ਇਹਦੇ ਵਿੱਚ ਸਿਰਫ 85 85 ਸ਼ਬਦ ਨੇ ਤੇ ਤੁਸੀਂ ਇਹਨੂੰ 2 ਮਿੰਟ ਦੇ ਵਿੱਚ ਪੜ ਸਕੋਗੇ ਤੇ 2 ਜਾਂ 3 ਮਿੰਟ ਦੇ ਵਿੱਚ ਠੀਕ ਹੈ ਸੋ ਇਹ ਤੁਸੀਂ ਇਸੇ ਨੂੰ ਦੁਬਾਰਾ ਪੜਨਾ ਤੇ ਇਹਨਾਂ ਪ੍ਰਸ਼ਨਾਂ ਦੇ ਫਿਰ ਉੱਤਰ ਤੁਸੀਂ ਲਿਖੋਗੇ ਘਰ ਦੀਆਂ ਕਿਹੜੀਆਂ ਚੀਜ਼ਾਂ ਬੈਠਣ ਦੇ ਕੰਮ ਆਉਂਦੀਆਂ ਹਨ ਰਿਮੈਂਬਰ ਜਦ ਅਸੀਂ ਥੱਕੇ ਹੁੰਦੇ ਹਾਂ ਅਸੀਂ ਕਿਹੜੀਆਂ ਚੀਜ਼ਾਂ ਤੇ ਬੈਠਦੇ ਹਾਂ ਤੁਸੀਂ ਉਹਨਾਂ ਦੇ ਨਾਮ ਲਿਖੋਗੇ ਤੁਸੀਂ ਕਹੋਗੇ ਸੋਫਾ ਕੁਰਸੀ ਮੂੜਾ ਆਰਾਮ ਕੁਰਸੀ ਬੈਟਰੀ ਦੇ ਕੰਮ ਆਉਂਦੀਆਂ ਹਨ ਠੀਕ ਹੈ ਘਰ ਵਿੱਚ ਕਿਹੜੀਆਂ ਚੀਜ਼ਾਂ ਬਿਜਲੀ ਨਾਲ ਚਲਦੀਆਂ ਹਨ ਇਲੈਕਟ੍ਰਿਸਿਟੀ ਨਾਲ ਕਿਹੜੀਆਂ ਚਲਦੀਆਂ ਸੋ ਤੁਸੀਂ ਫੋਟੋ ਦੇ ਵਿੱਚ ਦੇਖ ਕੇ ਤੁਸੀਂ ਦੱਸ ਸਕੋਗੇ ਕਿ ਫਨੂ ਵੈਕਿਊਮ ਤੇ ਲੈਂਪ ਅਮ ਤੇ ਫਨਸ ਬਿਜਲੀ ਨਾਲ ਚਲਦੇ ਨੇ ਠੀਕ ਹੈ ਤੇ ਬਾਕੀ ਚੀਜ਼ਾਂ ਬੈਟਰੀ ਨਾਲ ਜਾਂ ਐਵੇਂ ਚਲਦੀਆਂ ਨੇ ਕਰਦਿਆਂ ਕਿਹੜੀਆਂ ਚੀਜ਼ਾਂ ਕੱਟਣ ਦੇ ਕੰਮ ਆਉਂਦੀਆਂ ਹਨ ਦੋ ਚੀਜ਼ਾਂ ਦੇ ਨਾਮ ਲਿਖੇ ਨੇ ਕਿਹੜੀਆਂ ਚੀਜ਼ਾਂ ਕੱਟਣ ਦੇ ਕੰਮ ਆਉਂਦੀਆਂ ਤੁਸੀਂ ਪਿੱਛੋਂ ਦੇਖ ਕੇ ਲਿਖਣਾ ਇੱਥੇ ਠੀਕ ਹੈ ਕਰਦਿਆਂ ਕਿਹੜੀਆਂ ਚੀਜ਼ਾਂ ਸਫਾਈ ਕਰਨ ਦੇ ਕੰਮ ਆਉਂਦੀਆਂ ਹਨ ਚਾਰ ਚੀਜ਼ਾਂ ਸਫਾਈ ਕਰਨ ਦੇ ਕੰਮ ਆਉਂਦੀਆਂ ਰਾਈਟ ਡਸਟਰ ਝਾੜੂ ਪੋਚਾ ਅਤੇ ਵੈਕਿਊਮ ਸਫਾਈ ਕਰਨ ਦੇ ਕੰਮ ਆਉਂਦੇ ਹਨ ਕਰਦਿਆਂ ਕਿਹੜੀਆਂ ਚੀਜ਼ਾਂ ਰੋਸ਼ਨੀ ਕਰਨ ਲਈ ਅਤੇ ਘਰ ਨੂੰ ਸੋਹਣਾ ਬਣਾਉਣ ਦੇ ਕੰਮ ਆਉਂਦੀਆਂ ਹਨ ਰੀਮੈਂਬਰ ਰੋਸ਼ਨੀ ਲਈ ਅਸੀਂ ਲੈਂਪ ਵਰਤਦੇ ਹਾਂ ਸੋਨਾ ਬਣਾ ਲਈ ਮੋਮਬੱਤੀਆਂ ਲਾਈਟਾਂ ਦੀਵੇ ਤੇ ਫਨੂਸ ਵਰਤਦੇ ਹਾਂ ਰਾਈਟ ਸੋ ਅੱਜ ਜੀ ਚਾਹਦੇ ਤੁਸੀਂ ਪੰਜ ਚੀਜ਼ਾਂ ਦੇ ਨਾਮ ਲਿਖੋਗੇ ਠੀਕ ਹੈ ਬੈਟਰੀ ਦਾ ਵੀ ਨਾਮ ਲਿਖ ਸਕਦੇ ਹੋ ਕਿਉਂਕਿ ਬੈਟਰੀ ਵੀ ਜੇ ਕਰਜ ਇਲੈਕਟ੍ਰਿਸਿਟੀ ਨਾ ਹੋਏ ਫਿਰ ਬੈਟਰੀ ਵੀ ਰੋਸ਼ਨੀ ਕਰਨ ਦੇ ਕੰਮ ਆਂਦੀ ਹੈ ਮੰਡੇ ਹੋਮਵਰਕ ਕਨੈਕਟ ਦਾ ਪਾਰਟਸ ਆਫ ਸੈਂਟੈਂਸਸ ਸੋ ਇਹ ਹਿੱਸੇ ਪੜ੍ਹ ਕੇ ਇਹਨਾਂ ਦੇ ਨਾਲ ਜੋੜੋਗੇ ਜਦ ਅਸੀਂ ਥੱਕੇ ਹੁੰਦੇ ਹਾਂ ਤਾਂ ਚੌੜੂ ਪੋਚਾ ਤੇ ਡਸਟਰ ਬੱਟਦੇ ਹਾਂ ਨਾਓ ਤਾਂ ਅਸੀਂ ਸੋਫੇ ਤੇ ਬੈਠਦੇ ਹਾਂ ਮੇਬੀ ਰਾਈਟ ਤਾਂ ਅਸੀਂ ਲੈਂਪ ਵਰਤਦੇ ਹਾਂ ਨਾਓ ਲਾਈਟਾਂ ਤੇ ਫਨੂਸ ਵਰਤਦੇ ਹਾਂ ਨਾਓ ਪਲੰਕ ਤੇ ਸੌਂਦੇ ਹਾਂ ਮੇਬੀ ਮੇਬੀ ਰਾਈਟ ਪਰ ਆਈ ਥਿੰਕ ਥਿਸ ਇਜ਼ ਦ ਰਾਈਟ ਆਨਸਰ ਸੋਫੇ ਤੇ ਬੈਠਦੇ ਹਾਂ ਟਿਊਸਡੇ ਹੋਮਵਰਕ learn the spelling of each word copy the words two times at the ticket so sofa ए सिलेबल यू नो सिलेबस राइट वी डिवाइड दम इन समॉलर पार्ट सो वी नो हाउ टू स्पेल दम बैटर सो दिस सेम थिंग यू विल डू इन पंजाबी वर्ड्स दस आर देयर मीनिंग्स एंड इतने दो बार लिखोगे ठीक है वैन स्टे होमवर्क स्टार्ट ए टाइम है रीड द स्टोरी फ्रॉम पेज सिक्सटी सो यह जरा छोटा ऐसे लिखे एन पढ़ोगे तो कि मिनट लगे यो दो तीन मिनट लगन थर्ड स्टे होमवर्क लड़न का गुरमुखी नंबर एंडी काउंटिंग वर्ड्स कापी दम एन दाइट 21 22 23 24 25 26 27 28 29 30 ਪਾਵੇਂ ਪਿੱਛੇ ਹਾ ਹਾ ਲਿਖਿਆ ਸੀ ਬੋਲਦੇ ਨਹੀਂ ਹਾ ਹਾ ਸੀ ਕਿੰਨੇ ਆ 30 30 ਠੀਕ ਹੈ And that is our lesson for today. That was easy lesson, right? So to see a lesson, dobara parna, prashna de uttar and you're going to become an awesome reader in Punjabi every single lesson. Okay? I will see you in the next lesson. Until then, vaigujika Ji ka khalsa, Ji ki Fateh.